ਧਰਮਿੰਦਰ ਸਿੰਘ ਪਿਸ਼ੌਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾ ਹਾਂ। ਜਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਪੁਤਲੇ ਕੀਤੇ ਜਾ ਰਹੇ, ਕਿੰਨੇ ਫੁੱਟ ਦੇ ਤੇ ਕਿੰਨੇ ਸਿਰ ਲਾਏ ਗਏ ਨੇ, ਕਿਸ ਕਿਸ ਦੇ ਲਾਏ? ਸਾਡੇ ਆਪਣੇ ਪੂਰੇ ਵੈਸੇ ਤਾਂ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ 11 ਜਗ੍ਹਾ ਦੇ ਉੱਤੇ 25-25 ਫੁੱਟ ਦੇ ਪੁਤਲੇ ਬਣਾ ਕੇ ਉਹਨਾਂ ਦੇ 10-10 ਸਿਰ ਲਾਏ ਗਏ ਨੇਗੇ। ਮੋਦੀ ਦਾ, ਜੋਗੀ ਦਾ, ਰਾਜਨਾਥ ਦਾ, ਇੱਥੋਂ ਤੱਕ ਕਿ ਟਰੰਪ ਦਾ, ਉਹਦੇ ਯਾਰ ਅਡਾਨੀਆਂ ਅਬਾਨੀਆਂ ਦਾ, ਇਹ 11 ਥਾਂ 'ਤੇ ਪ੍ਰੋਗਰਾਮ ਹੈ। 12 ਤੋਂ 3 ਵਜੇ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਸਮੂਹ ਭਾਈਚਾਰਾ ਸਾਡੇ ਨਾਲ ਇਕੱਠਾ ਹੋ ਰਿਹਾ। ਇਹਦੀ ਪੇਮੈਂਟ ਹੈ ਜਿਹੜੀ ਉਹ ਜਾਣੀ ਸਾਨੂੰ ਸ਼ਹਿਰ ਵਾਸੀਆਂ ਨੇ ਦਿੱਤੀ ਹੈ, ਕਿਉਂਕਿ ਇਹ ਬਹੁਤ ਮਹਿੰਗੇ ਪੁਤਲੇ ਨੇ। ਸਾਡੀ ਕਿਸਾਨ ਜਥੇਬੰਦੀ ਦੀ ਇੰਨੀ ਪਰੋਖੋ ਨਹੀਂ ਹੁੰਦੀ ਹੈਗੀ, ਪਰ ਭਾਈਚਾਰਾ ਜਦੋਂ ਸਾਡੇ ਨਾਲ ਹੈ ਤਾਂ ਅਸੀਂ ਇਹਦੀ ਕੋਸਟ ਲਗਭਗ 30-32 ਹਜ਼ਾਰ ਰੁਪਇਆ ਇੱਕ ਦੀ ਪਈ ਹੈ ਸਾਨੂੰ। ਯਾਨੀ ਦੋ ਪੁਤਲੇ ਨੇ ਇੱਥੋਂ, ਲਹਿਰੇ ਦੇ ਵਿੱਚ ਇੱਕ ਲਹਿਰਾ ਹੈ, ਇੱਕ ਮੂਣਕ ਹੈ, ਉਹਨਾਂ ਦੀ 60-62 ਚੌਂਹਠ ਦੇ ਲੱਗੇ ਲਗਭਗ ਕੀਮਤ ਬਣਦੀ ਹੈ। ਉਹ ਸਾਰੀ ਕੀਮਤ ਸਾਨੂੰ ਸ਼ਹਿਰ ਵਾਸੀਆਂ ਨੇ ਦਿੱਤੀ ਹੈ। ਉਹ ਸਾਡੇ ਨਾਲ ਪੂਰਨ ਸਹਿਯੋਗ ਕਰ ਰਹੇ ਨੇ। ਕੱਲ੍ਹ ਨੂੰ ਤੁਸੀਂ ਉਹਨਾਂ ਨੂੰ ਸਟੇਜਾਂ 'ਤੇ ਵੀ ਦੇਖੋਗੇ, ਸਾਡੀਆਂ 'ਤੇ ਸਾਡੇ ਨਾਲ ਖੜ੍ਹੇ ਹੋਣਗੇ। ਮੋਦੀ ਨੇ ਕਿਹਾ ਵੀ ਮੈਂ ਇਹ ਜਿਹੜਾ ਕਾਨੂੰਨ ਆ ਵਾਪਸ ਨਹੀਂ ਲੈਣਾ, ਕਿਵੇਂ ਦੇਖ ਰਹੇ? ਦੇਖੋ ਜੀ, ਅਸੀਂ ਇਸ ਨੂੰ ਇਸ ਗੱਲ 'ਚੋਂ ਦੇਖ ਰਹੇ ਹਾਂ ਵੀ ਮੋਦੀ ਨੂੰ ਇਹ ਗੱਲ ਕਹਿਣੀ ਕਿਉਂ ਪਏਗੀ ਵੀ ਮੈਂ ਕਾਨੂੰਨ ਵਾਪਸ ਨਹੀਂ ਦਿੰਦਾ, ਕਿਉਂਕਿ ਮੋਦੀ ਤਾਂ ਉਹ 56 ਇੰਚੀ ਦੀ ਛਾਤੀ ਵਾਲਾ ਹੰਕਾਰ ਭਰਿਆ ਪ੍ਰਾਣੀ ਹੈ। ਉਹ ਤਾਂ ਕਦੇ ਬੋਲਦੇ ਨਹੀਂ ਹੁੰਦਾ। ਲੋਕਡਾਊਨ ਦੇ ਵਿੱਚ, GST ਦੇ ਵਿੱਚ ਉਹਨੇ ਬੋਲਿਆ ਹੀ ਨਹੀਂ ਹੈਗਾ। ਨੋਟਬੰਦੀ ਦੇ ਵਿੱਚ ਲੋਕ ਮਰ ਗਏ, ਬੋਲਿਆ ਨਹੀਂ ਹੈਗਾ। ਉਹਨੂੰ ਜਾਣੀ ਇਸ ਗੱਲ ਦਾ ਪਤਾ ਲੱਗ ਗਿਆ ਵੀ ਲੋਕ ਉਹਦੇ ਸੰਘਰਸ਼ ਕਰ ਰਹੇ ਨੇ, ਲੋਕ ਕਾਨੂੰਨ ਮੜਵਾ ਕੇ ਹਟਣਗੇ, ਤਾਂ ਕਰਕੇ ਉਹਨੇ ਬੋਲਿਆ ਵੀ ਮੈਂ ਇਹਨੂੰ ਵਾਪਸ ਨਹੀਂ ਲੈਂਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰਪਾਲ ਸਿੰਘ ਸੂਬਾ ਜੀ, ਬਲਾਕ ਪ੍ਰਧਾਨ, ਮੀਤ ਪ੍ਰਧਾਨ ਬਲਾਕ ਲਹਿਰਾ ਗਾਗਾ, ਪਿੰਡ ਸੰਗਤਪੁਰਾ। ਸੂਬਾ ਸਿੰਘ, ਕੱਲ੍ਹ ਨੂੰ ਜਿਹੜੇ ਹੈਗਾ ਮੋਦੀ ਦਾ ਦਹਨ ਕਰਿਆ ਜਾਊਗਾ, ਆਏ ਵਾਰ ਦੁਸਹਿਰੇ ਦੇ ਵਿੱਚ ਰਾਵਣ ਫੂਕਿਆ ਜਾਂਦਾ, ਕਿਵੇਂ? ਇਹ ਜਿਹੜਾ ਇਹ ਐਤਕੀ ਮੋਦੀ ਦਾ ਫੂਕਣ ਦਾ ਬਣਾਇਆ, ਇਹ ਜਿਹੜੀਆਂ ਸੈਂਟਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਆ ਨੀਤੀਆਂ ਦੇ ਤਹਿਤ ਲੋਕਡਾਊਨ ਅੰਦਰ ਬੰਦ ਕਰਕੇ ਆ ਜਿਹੜੇ ਕਾਨੂੰਨ ਲਾਗੂ ਕਰ ਰਹੇ ਨੇ ਲੋਕਾਂ ਨੂੰ, ਜਾਣੀ ਕਿ ਰੋਟੀ ਤੋਂ ਵਿਹਲੇ ਕਰਨ ਵਾਲੇ ਲੋਕਾਂ ਨੂੰ, ਉਹਦੇ ਵਾਸਤੇ ਸਾਡਾ ਇਹ ਵਿਰੋਧ ਚੱਲ ਰਿਹਾ। ਮੋਦੀ ਦਾ ਜੇ ਪੂਤਲਾ ਫੂਕਣਾ, ਅਤੇ ਉਹਦੇ ਨਾਲ ਜਿਹੜੇ ਦੋਸਤ ਮਿੱਤਰ ਨੇ ਉਹਦੇ, ਉਹਨਾਂ ਦਾ ਵੀ ਪੂਤਲਾ ਫੂਕਣਾ। ਇਹਦੇ ਜਿਹੜੇ ਲੋਕਾਂ ਨੂੰ ਦਿੱਕਤ ਖੜੀ ਬਹੁਤ ਵੱਡੀ ਹੋ ਰਹੀ ਹੈ, ਇਹਦੇ ਲੋਕਾਂ ਦੀ ਰੋਟੀ ਜਾ ਰਹੀ ਹੈ, ਉਹ ਉਹਨਾਂ ਨੂੰ ਦੇ ਕੇ ਸਾਡਾ ਮੁਲਕ ਦੀਆਂ ਜਿਹੜੀਆਂ ਵੀ ਫਸ ਇਹ ਕਿਰਤ ਕਰਨ ਵਾਲੇ ਲੋਕ ਨੇ ਅਤੇ ਫਸਲਾਂ ਨੇ, ਸਾਡਾ ਜਿਉਣ ਵਾਲਾ ਪ੍ਰੋਗਰਾਮ ਹੈ ਸਾਡਾ ਸਾਰਾ, ਉਹਨਾਂ ਕਾਰਪੋਰੇਟ ਘਰਾਣੇ ਦੇ ਹਵਾਲੇ ਕਰ ਰਿਹਾ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੱਕਤ ਆਊ ਜੇ ਕਾਨੂੰਨ ਗੁਲਾਮੀ ਦਾ ਰਸਤਾ ਹੈ। ਜਿਹੜੇ ਰਾਜਨੀਤਿਕ ਆਗੂ ਨੇ ਉਹ ਤੁਹਾਨੂੰ ਵਿਚੋਲੀਏ ਦੱਸਦੇ ਨੇ, ਕਿਵੇਂ ਕਹਿੰਦੇ? ਉਹ ਰਾਜਨੀਤਿਕ ਜਿਹੜੇ ਸਾਨੂੰ ਵਿਚੋਲੀਏ ਦੱਸਦੇ ਨੇ, ਦਲਾਲ ਨੇ, ਧਾਪ ਨੇ ਇਹ, ਚਾਹੇ ਮੋਦੀ ਹੋ ਗਿਆ, ਚਾਹੇ ਅਮਰਿੰਦਰ ਹੋ ਗਿਆ, ਜਿਹੜੇ ਚਾਹੇ ਰਾਜ ਕਰਦੇ ਕੋਈ ਲੋਕ ਨੇ, ਵਿਚੋਲੀਏ ਤਾਂ ਦਲਾਲੀਆਂ ਦੇ ਆਪ ਖਾਂਦੇ ਨੇ। ਵਿਚੋਲੀਏ ਸਾਨੂੰ ਕਿਵੇਂ ਵਿਚੋਲੀਏ ਦੱਸਦੇ ਨੇ? ਇਹ ਆਪ ਵਿਚੋਲੀਏ ਨੇ, ਇਹਨਾਂ ਦੀ ਗੱਠ ਮੁਰੰਮਤ ਹੈ ਸਾਰਿਆਂ ਦੀ, ਅਤੇ ਕਿਉਂਕਿ ਜਿਹੜਾ ਸਾਡਾ ਭਾਈਚਾਰਾ ਪੰਜਾਬ 'ਚ ਉਹ ਅਸੀਂ ਸਾਰੇ ਇੱਕ ਹਾਂ, ਇਹਨਾਂ ਨੇ ਵੋਟਾਂ ਕਰਕੇ ਪਾ ਰੱਖੇ ਨੇ ਲੋਕ। 22-24 ਦਿਨ ਦੇ ਕਰੀਬ ਹੋ ਗਏ ਆ, ਧਰਨਾ ਲਗਾਤਾਰ ਜਾਰੀ ਰੱਖਿਆ, ਹਜੇ ਤੱਕ ਵੀ ਕੇਂਦਰ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ, ਕੀ ਲੱਗਦਾ ਤੁਹਾਨੂੰ? ਜਵਾਬ ਵੀ ਦੇ ਤਾ ਵੀ ਮੈਂ ਵਾਪਸ ਨਹੀਂ ਲੈਂਦਾ। ਉਹ ਕਾਨੂੰਨ ਉਹਨਾਂ ਦੇ ਨੇ, ਪਿੰਨ ਉਹਨਾਂ ਦੇ ਨੇ, ਪਿੰਨ ਕਾਲੇ ਕਾਗਜ਼ ਉਹਨਾਂ ਦੇ ਕਾਗਜ਼ ਕਰ ਲਏ, ਪਰ ਕਾਨੂੰਨ ਤਾਂ ਲੋਕਾਂ ਨੇ ਦੱਸਣ ਲਾਗੂ ਕਰਨੇ। ਦੂਸਰੀ ਗੱਲ ਆ ਵੀ ਜਿਹੜੀ ਹਲੇ ਲਾਗੂ ਨਹੀਂ ਕਰਨ ਵਾਲੀ ਗੱਲ, ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਘਰ ਘਰ ਜਾ ਕੇ, ਅਸੀਂ ਆਪਣੇ ਸ਼ਹਿਰ ਜਗਾ ਲਏ, ਸ਼ਹਿਰਾਂ 'ਚ ਸਾਡੇ ਲੋਕ, ਅਤੇ ਅਸੀਂ ਅੱਜ ਰੋਸ ਮਾਰਚ ਕਰਕੇ ਆਏ, ਲੋਕਾਂ ਨੂੰ ਘਰ ਘਰ ਸੁਨੇਹਾ ਦੇ ਕੇ ਆਏ, ਅਸੀਂ ਕਿਸਾਨ ਮਜ਼ਦੂਰਾਂ ਨੂੰ ਵੀ ਸੁਨੇਹਾ ਦੇ ਰਹੇ ਹਾਂ, ਦੁਕਾਨਦਾਰਾਂ ਨੂੰ ਵੀ, ਰੇਹੜੀ ਵਾਲਿਆਂ ਨੂੰ, ਸਬਜ਼ੀ ਵਾਲਿਆਂ ਨੂੰ, ਸਾਰਿਆਂ ਨੂੰ ਅਸੀਂ ਹੱਥ ਬੰਨ ਕੇ ਝੋਲੀ ਅੱਡ ਕੇ ਬੇਨਤੀ ਕਰਦੇ ਹਾਂ ਜਥੇਬੰਦੀ ਵੱਲੋਂ ਵੀ ਆਪਾਂ ਨੂੰ ਬਹੁਤ ਵੱਡੀ ਦਿੱਕਤ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਜਦੋਂ ਲੋਕ ਇਕੱਠੇ ਹੋ ਗਏ, ਇਹਨਾਂ ਦੀ ਕੀ ਤਾਕਤ ਹੈ ਕਾਨੂੰਨ ਕਾਨਾਨ, ਤਾਂ ਦਿੱਲੀ ਨੂੰ ਵੜ।